ਜਿਹੜੇ ਵੀਰਾਂ ਦਾ ਮੈਂ ਧੰਨਵਾਦ ਕਰਦਾ ਐਡੀ ਵੱਡੀ ਗਿਣਤੀ 'ਚ ਆਇਆ ਔਰ ਤੁਸੀਂ ਸਮਾਂ ਦਿੱਤਾ। ਅੱਜ ਦਾ ਸਾਡਾ ਇਹ ਪ੍ਰੈਸ ਕਾਨਫਰੰਸ ਦਾ ਮਕਸਦ ਇੰਨਾ ਹੀ ਆ ਕਿ ਜਿਹੜਾ NRI ਅਸੀਂ ਸੰਮੇਲਨ ਕਰਾਉਂਦੇ ਸੀ ਉਹਦੀ ਐਰਕੀ ਥੋੜ੍ਹਾ ਜਿਹਾ ਅਸੀਂ ਸਿਚੁਏਸ਼ਨ ਬਦਲੀ ਆ ਔਰ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ। ਇੱਕ ਤਰ੍ਹਾਂ ਦਾ ਸੰਗਤ ਦਰਸ਼ਨ ਸੰਮੇਲਨ ਹੋਏਗਾ ਅਤੇ ਮੈਂ ਕੁਝ ਦਿਨਾਂ ਲਈ ਕੈਨੇਡਾ ਅਤੇ ਇੰਗਲੈਂਡ ਜਾ ਕੇ ਆਇਆ ਜਿਹਦੇ 'ਚ ਮੇਰੇ ਨਾਲ NRI ਦੇ ਅਫਸਰ ਸਾਹਿਬਾਨ ਸਾਡੇ ਪ੍ਰਿੰਸੀਪਲ ਸੈਕਟਰੀ ਸੰਜੇ ਕੁਮਾਰ ਜੀ ਸਨ ਔਰ ਸਾਡੇ ਉੱਥੋਂ ਦੇ ਜੋ ਕੈਨੇਡਾ ਦੇ ਵਿੱਚ ਵੈਨਕੂਵਰ ਦੇ ਵਿੱਚ ਜਨਰਲ ਕੌਂਸਲ ਹਨ ਫੋਰਨ ਅਫੇਅਰ ਦੇ ਸ਼ਾਮਰਜੀਤ ਸਿੰਘ ਜੀ IFS ਉਹ ਵੀ ਉੱਥੇ ਬੁਲਾਏ ਸੀ ਫੋਰਨ ਅਫੇਅਰ ਨੂੰ ਮੈਂ ਚਿੱਠੀ ਲਿਖੀ ਸੀ ਜਾਣ ਤੋਂ ਪਹਿਲਾਂ ਔਰ ਟੋਰਾਂਟੋ ਦੇ ਜਿਹੜੇ ਫੋਰਨ ਅਫੇਅਰ ਦੇ ਕੌਂਸਲੇਟ ਸੀਗੇ ਉਹਨੂੰ ਵੀ ਬੁਲਾਏ ਸੀਗੇ ਉਹਨਾਂ ਨੇ ਆਪਦੇ ਵਿਚਾਰ ਸਟੇਜਾਂ ਦੇ ਉੱਤੇ ਬਕਾਇਦਾ ਸਟੇਜਾਂ ਲੱਗੀਆਂ ਸਨ ਔਰ 6 ਪਬਲਿਕ ਮੀਟਿੰਗਾਂ ਬਹੁਤ ਵੱਡੀਆਂ ਹੋਈਆਂ ਸਨ 4 ਕੈਨੇਡਾ ਵਿੱਚ ਔਰ 2 ਇੰਗਲੈਂਡ ਵਿੱਚ ਔਰ ਉਹਨਾਂ ਦੇ ਵਿੱਚ ਅਸੀਂ ਸਾਰੀ ਸਿਚੁਏਸ਼ਨ ਜੋ NRI ਨਾਲ ਸੰਬੰਧਿਤ ਉਹ ਦੱਸੀ ਸੀ ਆਹ ਸਹੂਲਤਾਂ ਦਿੱਤੀਆਂ ਅਤੇ ਉਹਨਾਂ ਨੇ ਸਾਨੂੰ ਇਹੀ ਕਿਹਾ ਸੀ ਕਿ ਸਾਡੇ ਬਹੁਤ ਸਾਰੇ ਆਪਦੇ ਇੰਡੀਵਿਜੁਅਲ ਮਸਲੇ ਹੁੰਦੇ ਆ ਉਹਦੇ ਲਈ ਜਿਵੇਂ ਸਾਹਿਬ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਚਾਇਤਾਂ ਵਿੱਚ ਲੋਕਾਂ ਦੀ ਗੱਲ ਸੁਣਦੇ ਆ ਸਾਡੀ ਵੀ ਸੰਗਤ ਦਰਸ਼ਨ ਦੇ ਵਿੱਚ ਪਬਲਿਕ ਦੀ ਗੱਲ ਸੁਣੀ ਜਾਵੇ ਜਿਹੜੇ ਅਸੀਂ NRI ਜਾਈਏ ਜਿਹਨਾਂ ਦੀ ਸ਼ਿਕਾਇਤਾਂ ਉਹਨਾਂ ਦੀ ਗੱਲ ਨੂੰ ਮੁੱਖ ਰੱਖਦੇ ਹੋਏ ਅਸੀਂ ਇਹ ਪ੍ਰੋਗਰਾਮ ਲਿਖਿਆ ਔਰ ਮੁੱਖ ਮੰਤਰੀ ਜੀ ਤੋਂ 3 ਦਿਨ ਲਏ ਆ ਦਸੰਬਰ ਅਤੇ ਜਨਵਰੀ ਦੇ ਵਿੱਚ ਔਰ ਅਸੀਂ 3 ਥਾਵਾਂ ਦੇ ਉੱਤੇ ਸੰਗਤ ਦਰਸ਼ਨ ਸੰਮੇਲਨ ਕਰਾਂਗੇ ਮੋਗਾ 7 ਜ਼ਿਲ੍ਹੇ ਸੱਦਾਂਗੇ 6 ਜ਼ਿਲ੍ਹੇ ਲੁਧਿਆਣਾ ਔਰ ਬਾਕੀ 6 ਜ਼ਿਲ੍ਹੇ ਜਲੰਧਰ 3 ਥਾਵਾਂ 'ਤੇ ਕੀਤੇ ਜਾਣਗੇ ਸੰਮੇਲਨ ਔਰ ਉਹਦੇ ਵਿੱਚ ਪਹਿਲਾਂ ਹੁਣ ਐਡ ਦਿੱਤੀ ਜਾਊ ਅਖਬਾਰਾਂ 'ਚ ਕਿ ਆਹ ਜ਼ਿਲ੍ਹੇ ਇਸ ਥਾਂ 'ਤੇ ਬੁਲਾਏ ਜਾਣਗੇ ਇਸ ਡੇਟ ਨੂੰ ਬੁਲਾਏ ਜਾਣਗੇ ਔਰ ਉੱਥੇ ਉਹ ਸਾਰੇ ਜਦੋਂ 71 ਹੋਏ ਸਾਰੇ ਉਹਨਾਂ ਦੇ ਵਿੱਚ ਬੈਠ ਕੇ ਸਾਰੇ ਸੰਬੰਧਿਤ ਔਫਿਸਰ ਆ ਬਹੁਤੇ ਜਿਹੜੇ ਕੇਸ ਆ ਰੈਵਨਿਊ ਦੇ ਆ ਜਾਂ ਲਾਂਡ ਆਰਡਰ ਦੇ ਜਾਂ ਹੋਰ ਇਸ ਤਰ੍ਹਾਂ ਦੇ ਜਿੰਨੇ ਵੀ ਸੰਬੰਧਿਤ ਕੇਸ ਆ ਪਹਿਲਾਂ ਸਾਡੇ ਕੋਲ ਐਪਲੀਕੇਸ਼ਨਾਂ ਕੋਲ ਆਈਆਂ ਹੋਈਆਂ ਹੈਗੀਆਂ ਸਾਡੇ ਕੋਲ ਉਹ ਅਸੀਂ DC ਨੂੰ ਭੇਜਾਂਗੇ ਜਿਹੜੀਆਂ ਅਤੇ ਕੁਛ ਸਾਡੇ ਕੋਲ ਉਹ ਆਪ ਭੇਜਣਗੇ ਅਖਬਾਰ 'ਚ ਐਡ ਦੇਵਾਂਗੇ ਇਸ ਡੇਟ ਤੱਕ ਸਾਡੇ ਕੋਲ ਜ਼ਿਲ੍ਹੇਵਾਰ ਐਪਲੀਕੇਸ਼ਨਾਂ ਭੇਜੀਆਂ ਜਾਣ ਔਰ ਉਹ ਜ਼ਿਲ੍ਹੇਵਾਰ ਹੀ ਉਸ ਵੇਲੇ ਬੁਲਾ ਕੇ ਇੱਕ ਇੱਕ ਜ਼ਿਲ੍ਹੇ ਨੂੰ ਭਾਵੇਂ ਸਾਡਾ ਕਿੰਨਾ ਵੀ ਟਾਈਮ ਲੱਗੇ ਉਸ ਦਿਨ ਉਹ 7 ਜ਼ਿਲ੍ਹੇ ਭਾਵੇਂ ਸਾਨੂੰ ਰਾਤ ਦੇ 9 ਵਜੇ ਤੱਕ ਬੈਠਣਾ ਪਵੇ ਫਿਰ ਵੀ ਬੈਠਾਂਗੇ